श्रोमणी गुरुद्वारा प्रबंधक कमेटी ने अज वड्डा ऐलान किया है कि फरवरी ते मई च आने वाली शताब्दियां दे प्रोग्रामां विच प्रधानमंत्री नरेंद्र मोदी नूं नहीं बुलाया जाएगा। अज श्रोमणी कमेटी की अंतरिम कमेटी की एकत्रता च इह शताब्दी समागम करवाउण दा फैसला किया गया है। श्रोमणी कमेटी प्रधान बीबी जगीर कौर ने कहा कि शताब्दी समागम में शामिल होने लई प्रधानमंत्री नरेंद्र मोदी नूं सद्दा नहीं भेजा जाएगा। बीबी जगीर कौर ने कहा कि दिल्ली च चल रहे किसान संघर्ष लई भी श्रोमणी कमेटी पूरा सहयोग कर रही है। कला कला भरा भैन बुजुर्ग बड़ी वड्डी गिनती च पहुंच रहे है। मेरा ख्याल है कि जो उत्थो हुक्म आया असी सिर मत्थे मन के पूरा किया। अज भी इहदे च भी पास किया भी हुण भी कोई भी मंग उत्थो आंदी है ते प्रिंसीपली प्रवान कर दिता भी जिहड़ा भी उत्थे खर्च करना पवे जिहड़ा भी उत्थे सेवा लैणी पवे डट के उत्थे पहरेदारी करो ते मैंबरां दीआं भी ड्यूटियां लाती है कि जाके उत्थे पहुंच के ਹੋਰ ਜਿੱਥੇ ਕੋਈ ਲੰਗਰ ਦੀ ਲੋੜ ਜਾਂ ਕਿਤੇ ਕੋਈ ਚੀਜ਼ ਦੀ ਲੋੜ ਹੈ ਉੱਥੇ ਜਾ ਕੇ ਪੂਰੀ ਕਰੋ। ਕੀ ਲੱਗਦਾ ਮਨਸ਼ਾ ਜੀ ਕਿਸ ਸਰਕਾਰ ਦੀ ਮੰਤਰੀ ਅੜ ਗਏ ਨੇ ਕਿਸਾਨਾਂ ਦੇ ਕਾਨੂੰਨ ਨੂੰ ਲੈ ਕੇ ਕੀ ਮਨਸ਼ਾ ਕੀ ਲੱਗਦਾ? ਉਹ ਤਾਂ ਸਾਰਿਆਂ ਨੂੰ ਪਤਾ ਜੀ ਵੀ ਅੜੇ ਪਏ ਨੇ ਤਾਂ ਜੇ ਉਹ ਮੰਨ ਜਿੱਦ ਕਰਦੇ ਨੇ ਜੇ ਮੰਨ ਜਾਣਗੇ ਤੇ ਹੋਰ ਸਾਡੇ ਕੀ ਭਾਗ ਚੰਗੇ ਹੋ ਸਕਦੇ ਵੀ ਕਿਸਾਨਾਂ ਨੂੰ ਹੋਰ ਕੀ ਰਾਹਤ ਹੋ ਸਕਦੀ ਜੇ ਮੰਨ ਜਾਣ ਵੀ ਤਿੰਨੇ ਕੇਸ ਰੱਦ ਤਿੰਨੇ ਕਾਨੂੰਨ ਜਿਹੜੇ ਰੱਦ ਕਰ ਦੇਣ ਹੋਰ ਇਹ ਤੋਂ ਵੱਡੇ ਭਾਗ ਸਾਡੇ ਕੀ ਹੋ ਸਕਦੇ? ਫਿਰ ਵਿਸ਼ੇਸ਼ ਸੰਦਾ ਦਿੱਤਾ ਜਾ ਸਕਦਾ ਜੀ ਉਹ ਬਾਅਦ ਦੀਆਂ ਗੱਲਾਂ ਜੀ ਬੀਬੀ ਜੀ ਪਹਿਲਾਂ ਤਾਂ ਸਾਡੀ ਅੱਜ ਦੀ ਗੱਲ ਬੀਬੀ ਜੀ ਇੱਕ ਸਵਾਲ ਜਾਣਗੇ ਇਹ ਜਿਹੜੇ ਸਮਾਗਮ ਹੈ ਇਹਨੂੰ ਵਧੀਆ ਢੰਗ ਨਾਲ ਤਰੀਕੇ ਜਾ ਸਕੇ। 400 ਸਾਲਾਂ ਦਾ ਸਮਾਗਮ ਆਉਣੇ ਉਹਦੇ ਸੰਬੰਧ ਵਿੱਚ ਵੀ ਵਿਚਾਰ ਕੀਤੀ ਗਈ ਹੈ ਕਿ ਅਸੀਂ ਵੱਧ ਤੋਂ ਵੱਧ ਸਟੇਟ ਵਿੱਚ ਵੀ ਸਟੇਟੀ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਵੀ ਹੈ ਉਹਦੇ ਵਿੱਚ ਵੀ ਅਸੀਂ ਵਿਚਾਰਾਂ ਕਰਨੀਆਂ ਅਤੇ ਫਿਰ ਸਾਡੀ ਸ਼ਤਾਬਦੀਆਂ ਦੀ ਕਮੇਟੀ ਬਣੀ ਹੈ ਉਹਦੇ ਵਿੱਚ ਵੀ ਅਸੀਂ ਸਾਰੇ ਫਾਈਨਲ ਤੁਹਾਨੂੰ ਤਰੀਕਾਂ ਦੇ ਦਿੱਤੀਆਂ ਜਾਣੀਆਂ। ਇੱਕ ਜਿਹੜਾ ਬੜਾ ਵੱਡਾ ਫੈਸਲਾ ਕੀਤਾ ਕਿ ਬਾਬਾ ਜੀਵਨ ਸਿੰਘ ਜੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਰੰਗਰੇਟਾ ਗੁਰੂ ਦੇ ਬੇਟੇ ਦਾ ਖਿਤਾਬ ਦਿੱਤਾ ਸੀ ਔਰ ਉਹਨਾਂ ਦੀ ਯਾਦ ਨੂੰ ਹਰ ਸਾਲ ਮਨਾਇਆ ਜਾਵੇ ਵੱਡੇ ਪੱਧਰ 'ਤੇ ਉਹ ਅੱਜ ਇਹ ਫੈਸਲਾ ਕੀਤਾ ਗਿਆ ਅੰਤਰਿਕ ਕਮੇਟੀ 'ਚ ਕਿ ਭਾਵੇਂ ਸਾਰੇ ਗੁਰਦੁਆਰੇ ਸਾਹਿਬਾਨ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਉਹਨਾਂ ਸਤਿਕਾਰ ਭੇਂਟ ਕਰਨ ਲਈ ਸਮਾਗਮ ਹਰ ਗੁਰਦੁਆਰੇ 'ਚ ਕਰਨ ਪਰ ਸਾਂਝੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਸਮਾਗਮ ਹਰ ਸਾਲ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਸ਼ਹੀਦ ਕੀਤਾ ਸੀ ਜਿਸ ਦਿਨ ਉਹ ਸੀਸ ਲੈ ਕੇ ਆਏ ਸੀ ਉਸ ਦਿਨ ਉੱਥੇ ਅਨੰਦਪੁਰ ਸ੍ਰੀ ਅਨੰਦਪੁਰ ਸਾਹਿਬ 'ਚ ਵੱਡਾ ਬਾਬਾ ਜੀਵਨ ਸਿੰਘ ਦੇ ਨਾਂ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਸਮਾਗਮ ਕੀਤਾ ਜਾਇਆ ਕਰੇਗਾ ਤਾਂ ਜੋ ਜਿੱਡੀ ਵੱਡੀ ਕੁਰਬਾਨੀ ਬਾਬਾ ਜੀਵਨ ਸਿੰਘ ਜੀ ਦੀ ਹੈ ਜਿੰਨੀ ਵੱਡਾ ਉਹਨਾਂ ਨੇ ਮਾਣ ਸਾਨੂੰ ਕੌਮ ਨੂੰ ਦਵਾਇਆ ਔਰ ਉਸਦਾ ਮਾਣ ਹੋਰ ਉੱਚਾ ਚੁੱਕਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਵੱਡੇ ਫੰਕਸ਼ਨ ਕਰੇਗੀ। ਅੰਮ੍ਰਿਤਸਰ ਤੋਂ ਧਿਆਨ ਚੰਦ ਦੀ ਰਿਪੋਰਟ ਪੰਜਾਬ ਟੂਡੇ।